ਆਏ ਜੀ ਸਿਸੂ ਦੀ ਮਾਰਕੀਟ 'ਚ। ਆਪਾਂ ਸੋਚਿਆ ਥੋੜ੍ਹੀ ਜਿਹੀ ਸ਼ੋਪਿੰਗ ਕਰ ਲਈਏ ਸਿਸੂ ਮਾਰਕੀਟ 'ਚ, ਅਤੇ ਆਪਾਂ ਆਏ ਹਾਂ ਜੀ, ਘਰਦਿਆਂ ਲਈ ਪੁੱਛ ਲਵਾਂਗੇ। ਇੱਕ ਯਾਦਗਾਰ ਹੀ ਹੁੰਦੀ ਹੈ ਮਿੱਤਰੋ, ਬਹੁਤ ਸੋਹਣੇ ਸੋਹਣੇ ਇਕਿਪਮੈਂਟ ਹੈਗੇ ਜੀ ਇੱਥੇ। ਹੈਲੋ, ਹਾਏ, 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 ਹੈਲੋ। ਲਓ ਜੀ, ਸ਼ੋਪਿੰਗ ਆਪਾਂ ਕਰ ਲਈ ਹੈ ਅਤੇ ਬਹੁਤ ਵਧੀਆ ਸਮਾਨ ਸੀਗਾ ਇਹਨਾਂ ਕੋਲ ਸਿਸੂ 'ਚ, ਅਤੇ ਹੁਣ ਆਪਾਂ ਦੁਬਾਰਾ ਬਹਿੰਦੇ ਹਾਂ ਜੀ ਗੱਡੀ 'ਚ ਮੇਰੇ ਨਾਲ ਦੇ। ਅਸੀਂ ਹੈਗੇ ਜੀ ਇਸ ਟਾਈਮ ਸਿਸੂ ਸਿਟੀ ਦੇ ਵਿੱਚ। ਇਨ ਵਾਦੀਓ ਮੇਂ ਕੁਛ ਆਪਣਾ ਸਾ ਬਨ ਹੈ ਜੋ ਹਮੇਂ ਆਪਣੀ ਤਰਫ ਖਿੱਚ ਰਹਾ ਹੈ ਔਰ ਹਮ ਉਸਕੀ ਤਰਫ ਜਾ ਰਹੇ ਹੈ। ਮਿੱਤਰੋ, ਪਿੱਛੇ ਵਿਊ ਬਹੁਤ ਵਧੀਆ ਸੀਗਾ, ਇਸ ਕਰਕੇ ਬ੍ਰੇਕ ਮਾਰ ਲਈ ਹੈ। ਆਹ ਦੇਖੋ ਵਿਊ, ਅੱਜ ਦਾ ਵਿਊ ਹੈ ਜੀ, ਪੂਰਾ ਇੰਜੋਏ ਕਰ ਰਹੇ ਹਾਂ ਜੀ। ਤੁਹਾਡੇ ਪਿੱਛੇ ਸਿਰਫ ਗਲੇਸ਼ੀਅਰ ਹੀ ਹੈ, ਸਿਰਫ ਗਲੇਸ਼ੀਅਰ। ਮਿੱਤਰੋ, ਵਿਊ ਐਂਡ ਜ਼ਰੂਰ ਆਇਓ ਮੇਰੀ ਵੀਡੀਓ ਦੇਖ ਕੇ। ਆਹ ਦੇਖੋ, ਆਪਾਂ ਗੱਡੀ ਪਾ ਲਈਏ ਜੀ ਅੱਗੇ ਲੇਹ ਵੱਲ। ਜਾਣ ਦੇਣਗੇ ਤਾਂ ਵੀ ਠੀਕ ਹੈ, ਨਹੀਂ ਜਾਣ ਦੇਣਗੇ ਤਾਂ ਵੀ ਠੀਕ ਹੈ ਜੀ। ਹੁਣ ਆਪਾਂ ਬਹਿੰਦੇ ਹਾਂ ਜੀ ਗੱਡੀ 'ਚ। ਕਿਸੇ ਸਾਲ ਜਾਣਾ ਆਪਾਂ ਗਰਮੀ 'ਚ, ਲੇਹ ਦਾ ਜਰਮਨੀ 'ਚ ਦੋ ਮਿੱਤਰੋ, ਦੋ ਲੇਹ ਦੀ ਆਪਾਂ ਆ ਗਈ ਹੈ ਜੀ, ਦੋ ਗੱਡੀਆਂ। ਇੱਕ ਗੱਡੀ ਕੋਈ ਆਊਗੀ ਦੋ ਹਫ਼ਤੇ, ਆਪਾਂ ਤੇ ਲੇਹ ਬਣਾ ਲਿਆ ਜੀ ਆਪਾਂ ਪ੍ਰੋਗਰਾਮ, ਲੇਹ ਦਾ ਪ੍ਰੋਗਰਾਮ ਬਣ ਗਿਆ। ਵਿਊ ਚੈੱਕ ਕਰੋ ਮਿੱਤਰੋ, ਜੰਨਤ ਦੇਖਣੀ ਹੈ ਤੇ ਸਿਸੂ ਆ ਜਾਓ ਅੱਗੇ ਜੰਨਤ। ਮਿੱਤਰੋ, ਆਈਫੋਨ 14 ਦਾ ਮੁੱਲ ਪੈ ਗਿਆ ਜੀ ਅੱਜ। ਜੇ ਇਹਨਾਂ ਨੂੰ ਕੋਈ ਸਿਰਫ ਵਿਊ ਕਹੇਗਾ ਜਾਂ ਪਹਾੜ ਕਹੇਗਾ ਤਾਂ ਇਹਨਾਂ ਦੀ ਖੂਬਸੂਰਤੀ ਡਿਸਕ੍ਰਾਈਬ ਕਰਨ ਲਈ ਇਹ ਵਰਡਸ ਬਹੁਤ ਜ਼ਿਆਦਾ ਥੋੜ੍ਹੇ ਨੇ, ਬਹੁਤ ਘੱਟ ਪੈ ਜਾਂਦੇ ਨੇ। ਇਹ ਵਾਕਈ ਜੰਨਤ ਹੈ। ਜੰਨਤ ਉਹ ਦੇਖੋ, ਆਪਾਂ ਟਾਂਡੀ ਪਹੁੰਚ ਲੱਗੇ ਹਾਂ ਜੀ। ਟਾਂਡੀ ਪਹੁੰਚ ਕੇ ਆਪਾਂ ਇੱਕ ਬ੍ਰੇਕ ਮਾਰਾਂਗੇ ਜੀ ਮਿੱਤਰੋ, ਟਾਂਡੀ ਪਹੁੰਚ ਕੇ ਟਾਂਡੀ ਬ੍ਰਿਜ ਦਾ ਤੁਹਾਨੂੰ ਦਿਖਾਵਾਂਗੇ ਵਿਊ, ਬਹੁਤ ਸ਼ਾਨਦਾਰ ਵਿਊ ਹੈ ਜੀ। ਹੁਣ ਤੁਸੀਂ ਚੈੱਕ ਕਰੋ ਸ਼ਾਰਟਸ। ਮਿੱਤਰੋ, ਆਪਾਂ ਪਹੁੰਚ ਚੁੱਕੇ ਹਾਂ ਜੀ ਇਸ ਟਾਈਮ ਕਲੋਂਗ। ਦੇਖੋ ਜੀ ਕਲੋਂਗ ਸਿਟੀ ਦਾ ਵਿਊ। ਆਪਾਂ ਮਾਰੀਏ ਜੀ ਕਲੋਂਗ ਵਿੱਚ ਬ੍ਰੇਕ ਥੋੜ੍ਹਾ ਜਿਹਾ, ਆਪਾਂ ਰੁਕਾਂਗੇ ਜੀ ਕਲੋਂਗ 'ਚ। ਬਸ ਕਲੋਂਗ ਤੋਂ ਮੋਮੋਜ਼ ਵਗੈਰਾ ਖਾ ਕੇ ਅਤੇ ਆਪਾਂ ਫਿਰ ਇੱਥੋਂ ਨਿਕਲ ਜਾਣਾ ਜੀ। ਕਲੋਂਗ ਦੇ ਸਾਹਮਣੇ ਬੜੀ ਸਹੀ ਭਾਅ ਹੈ ਜੀ, ਲੇਕਿਨ ਇੱਥੇ ਧੁੱਪੀ ਹੈ ਜੀ। ਸਾਹਮਣੇ ਤੁਹਾਨੂੰ ਵਿਊ ਦਿਖਾਉਣਾ, ਹੁਣ ਇੱਕ ਲਾਉਣਾ ਵੀ ਬਹੁਤ ਸੋਹਣਾ ਵਿਊ ਹੁੰਦਾ ਹੈ ਜੀ। ਮਿੱਤਰੋ, ਇਹਨੂੰ ਕਹਿੰਦੇ ਆ ਜੀ ਜੰਨਤ ਹਿਮਾਚਲ।
ਇੱਥੇ ਰੁਕਿਆ ਨਹੀਂ ਆਪਾਂ ਜ਼ਿੰਦਗੀ ਮੈਂ ਪਹਿਲੀ ਵਾਰ ਹਮ ਕੈਲੋਂਗ ਸੇ ਆ ਗਿਆ ਹਾਂ ਮੈਂ ਪਹਿਲੀ ਵਾਰ ਆਇਆ ਹਾਂ ਕੈਲੋਂਗ ਸੇ ਆ ਗਿਆ ਮਿੱਤਰੋ ਲੇਕਿਨ ਮੈਂ ਪਹਿਲੀ ਵਾਰੀ ਆਇਆ ਜੀ ਕੈਲੋਂਗ ਤੋਂ ਵੀ ਅੱਗੇ ਲਦਾਖ 351 ਕਿਲੋਮੀਟਰ ਲੇ ਫਨ ਚੱਲ ਰਿਹਾ ਜੀ ਪੂਰਾ ਮੋਮੋਸ ਤੇ ਅੜ ਗਈ ਗਰਾਰੀ ਆਪਾਂ ਕੈਲੋਂਗ ਤੋਂ ਆ ਗਏ ਜੀ ਅੱਗੇ ਮੋਮੋਸ ਤੇ ਅੜੀ ਹੋਈ ਹੈ ਗਰਾਰੀ ਤੇ ਹੁਣ ਆਪਾਂ ਜਾਵਾਂਗੇ ਜੀ ਕਿਤੇ ਨਾ ਕਿਤੇ ਤੇ ਮੋਮੋਸ ਖਾਵਾਂਗੇ ਕਿਉਂ ਨਹੀਂ ਭਾਜੀ ਮੋਮੋਸ ਤੇ ਅੜੀ ਹੋਈ ਹੈ ਗਰਾਰੀ ਮਿੱਤਰਾਂ ਦੀ ਦੇਖੋ ਜੀ ਬਹੁਤ ਜ਼ਿਆਦਾ ਠੰਡ ਹੈ ਐਕਸਟ੍ਰੀਮ ਲੈਵਲ ਠੰਡ ਪੈਣ ਡੀ ਇਸ ਟਾਈਮ ਸਰਦੀਆਂ 'ਚ ਓਏ ਹੋਏ 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 ਠਰ ਗਏ ਮਿੱਤਰੋ ਠਰ ਗਏ ਉਹ ਦੇਖੋ ਸਾਹਮਣੇ ਓਏ ਹੋਏ ਹੋਏ ਬਰਫ ਹੀ ਬਰਫ ਹੈ ਨੀਰੀ ਓਏ ਹੋਏ ਹੋਏ ਕਿਆ ਲੈਂਡਸਕੇਪ ਹੈ ਮਜ਼ਾ ਆ ਗਿਆ 90-10 ਹੀ ਸਾਨੂੰ ਲੈ ਕੇ ਆਉਂਦੀ ਹੈ ਹਰ ਜਗ੍ਹਾ ये वो पहाड़ हैं जो सारा साल लोगों को हाय और बाय बोलते हैं 6 महीने अब ये लोगों को देखने के लिए उनके इंतज़ार में यहीं बैठे रहेंगे क्योंकि 6 महीने तक ये रास्ता बर्फ़ से ढक जाएगा और बंद हो जाएगा तो हमें ये वेलकम कर रहे हैं व्यूज़ की कोई कमी नहीं है यहाँ पे जहाँ नज़र घुमाओ एक नया लैंडस्केप एक नया व्यू हमें मिल रहा था बहुत ही ठंड ज़्यादा थी लेकिन मज़ा भी उससे दुगना आ रहा था इतनी बर्फ़ में मैंने कभी सोचा नहीं था कि मैं ज़िंदगी में जिस पाऊँगा लेह लद्दाख की तरफ जाऊँ ਲੋਕ ਗਾਈਸ ਆਪਾਂ ਤੁਹਾਨੂੰ ਆਪਾਂ ਸਿੱਧਾ ਮਿਲ ਰਹੇ ਹਾਂ ਜੀ ਜਿਸਪਾ ਜਿਸਪਾ ਤੋਂ ਅੱਗੇ ਗੱਡੀ ਨਹੀਂ ਜਾਣ ਦੇ ਰਹੇ ਆਪਾਂ 12 ਚਲਾ ਪਾਸ ਜਾਣ ਦੀ ਕੋਸ਼ਿਸ਼ ਕੀਤੀ ਲੇਕਿਨ ਆਪਾਂ ਹੁਣ ਆਪਾਂ ਇਹ ਵਾਲੇ ਕੈਂਪ 'ਚ ਰੁਕਾਂਗੇ ਇਹ ਸਾਡਾ ਹੈਗਾ ਜੀ ਰੈਸਟੋਰੈਂਟ ਇਹ ਹੈਗਾ ਜੀ ਕੈਂਪ 'ਚ ਕੈਂਪ 'ਚ ਆਪਾਂ ਰਾਤ ਰੁਕਾਂਗੇ ਰਾਤ ਬਸ ਹੋਣ ਵਾਲੀ ਹੈ ਜੀ ਸੂਰਜ ਬਸ ਥੱਲੇ ਜਾ ਰਿਹਾ ਜੀ ਠੀਕ ਹੈ ਜੀ ਮਿੱਤਰੋ ਉਹ ਸਾਹਮਣੇ ਜਾ ਰਹੀ ਹੈ ਜੀ ਰਿਵਰ ਇਹ ਬਹੁਤ ਸੋਹਣਾ ਵਿਊ ਹੈ ਜੀ ਨਵੇਂ ਕੈਂਪ ਹੈ ਜੀ ਕੈਂਪ 'ਚ ਆਪਾਂ ਰੁਕਾਂਗੇ ਜੀ ਰਾਤ ਅਤੇ ਹੁਣ ਆਪਾਂ ਲਵਾਂਗੇ ਜੀ ਨਜ਼ਾਰੇ ਹੁਣ ਕੱਲ੍ਹ ਮਿਲਦੇ ਹਾਂ ਜੀ ਨਵੇਂ ਵਲੋਗ ਨਾਲ ਨਵੀਂ ਸ਼ੁਰੂਆਤ ਕਰਾਂਗੇ ਮਿੱਤਰੋ ਬਣੇ ਰਹੋ ਇਸ ਸੀਰੀਜ਼ ਦੇ ਵਿੱਚ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਮੇਰਾ ਚੈਨਲ ਤੁਹਾਡਾ ਆਪਣਾ ਵਾਂਡਰਰ ਇੰਦਰ ਵਲੋਗ ਨੂੰ ਤਾਂ ਮੈਂ ਐਂਡ ਕਰ ਦਿੱਤਾ ਸੀ ਲੇਕਿਨ ਇਹ ਜੋ ਕੈਮਰਾ ਹੈ ਮੈਨੂੰ ਛੱਡ ਨਹੀਂ ਰਿਹਾ ਸੀ ਇਸ ਡੋਰਮੈਟਰੀ ਦਾ ਇੰਟਰਨਲ ਵਿਊ ਬਹੁਤ ਵਧੀਆ ਸੀਗਾ ਬਹੁਤ ਹੀ ਸੋਹਣਾ ਸੀਗਾ ਵੈਲ ਮੈਂਟੇਨ ਡੋਰਮੈਂਟਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਸ ਟਾਈਮ ਇਹ ਉਹ ਚੀਜ਼ ਸੀਗੀ ਤੁਹਾਡੇ ਸਾਹਮਣੇ ਮੈਂ ਬ੍ਰਾਈਟਨੈਸ ਥੋੜ੍ਹੀ ਜਿਹੀ ਘੱਟ ਕਰਦਾ ਆਪਾਂ ਹੈਗਾ ਜੀ ਇੱਕ ਡੋਮ ਦੇ ਅੰਦਰ ਆਏ ਹਾਏ ਹਾਏ ਭਾਜੀ ਪੂਰਾ ਮਜ਼ਾ ਭਾਜੀ ਪੂਰਾ ਮਜ਼ਾ ਉਹ ਸਭ ਵੀ ਹੈ ਜੀ ਠੀਕ ਹੈ ਜੀ ਉਹ ਦੇਖੋ ਸਾਹਮਣੇ ਅਲਟੀਮੇਟ ਠੰਡ ਪਈ ਹੈ ਇਹਦੀ ਕੋਸਟਿੰਗ ਤੁਹਾਨੂੰ ਦੱਸਦੇ ਹਾਂ ਜੀ ਰੁਕ ਕੇ ਕਿ ਸਾਨੂੰ ਕਿੰਨੇ ਜੇ ਆਪਾਂ ਰੁਕੇ ਹਾਂ ਜੀ ਜਿਸਪਾ ਇਸ ਕੈਂਪਸ ਵਿੱਚ ਬਹੁਤ ਸੋਹਣੇ ਬਣੇ ਹੈ ਕੈਂਪਸ ਜਿਸਪਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਟੈਂਪਰੇਚਰ ਹੈਗਾ ਜੀ -20 ਡਿਗਰੀ ਓ ਮਾਈ ਗੋਡ -20 ਡਿਗਰੀ ਟੈਂਪਰੇਚਰ ਹੈ ਜੀ ਇਸ ਸੈਂਟਰ ਵਾਲਾ ਸਾਡਾ ਹੈ ਜੀ ਬਿਲਕੁਲ
ਤੇ ਤੁਹਾਨੂੰ ਲੈ ਕੇ ਜਾਂਦੇ ਆ ਜੀ ਅੰਦਰ ਵਾਲਾ ਟੂਰ ਕਰਾਉਂਦੇ ਆ ਜੀ ਹੁਣੇ ਬਹੁਤ ਔਸਮ ਹੈ ਜੀ ਔਸਮ ਉਹ ਦੇਖੋ ਜੀ ਲੇਹ ਲਦਾਖ ਵਾਲੇ ਪਹਾੜ ਵੀ ਹੈਗੇ ਇੱਥੇ ਮਜ਼ਾ ਪੂਰਾ ਆਪਾਂ ਜਾਣਾ ਤਾਂ ਲੇਹ ਲਦਾਖ ਜਾਂਦੇ ਸੀਗੇ ਲੇਕਿਨ ਉਹਨਾਂ ਨੇ ਸਾਨੂੰ ਰੋਕਤਾ ਬਾਰਾਂ ਲਾਚਾ ਪਾਸ ਤੋਂ ਅੱਗੇ ਰੋਡ ਬਿਲਕੁਲ ਕਲੋਜ਼ ਹੋਇਆ ਪਿਆ ਜੀ ਗਵਰਨਮੈਂਟ ਵੱਲੋਂ ਆਪਾਂ ਗਵਰਨਮੈਂਟ ਦੇ ਖਿਲਾਫ ਤਾਂ ਜਾ ਨਹੀਂ ਸਕਦੇ ਜੀ ਇਸ ਕਰਕੇ ਪੰਜਾਬੀਆਂ ਦਾ ਕੰਮ ਹੈ ਲੋਈ ਦੇ ਨਾਲ ਠੰਡ ਜਿਹੜੀ ਹੈਗੀ ਹੈ ਸਾਡੀ ਲੋਈ ਦੇ ਨਾਲ ਹੀ ਖਤਮ ਹੁੰਦੀ ਹੈ ਜੀ ਆਪਾਂ ਲੈ ਲਈਏ ਜੀ ਲੋਈ ਅਤੇ ਹੁਣ ਆਪਾਂ ਜਾਣਾ ਹੈ ਸੋ ਕਿਉਂਕਿ ਸ਼ਾਮ ਦੇ ਵੱਜ ਗਏ 6 ਅਤੇ ਹੁਣ ਤੁਹਾਨੂੰ ਮਿਲਦੇ ਹਾਂ ਆਪਾਂ ਕੱਲ੍ਹ ਸਵੇਰੇ ਨਵੇਂ ਵਲੋਗ ਦੇ ਨਾਲ ਸਟੇ ਟਿਊਨ ਮਿੱਤਰੋ ਪਾਵਾਂ ਚੂੜੀ ਤੇ ਉਹ ਖਾਂਦਾ ਨਹੀਂ ਨੀ ਉਹਨੂੰ ਦਿਲ ਦਾ ਮਾਸ ਖਵਾ ਭਾਈ ਅੰਮ੍ਰਿਤਾ ਪ੍ਰੀਤ ਨੇ ਆਤੇ ਹੈ ਯੇ ਤਾਰੇ ਜੇ ਆਪਕੋ ਨਜ਼ਰ ਆ ਰਹੇ ਹੈ ਤਾਰੇ ਮੇਰੇ ਕੋ ਤਾਂ ਨਜ਼ਰ ਆ ਰਹੇ ਹੈ ਉੱਪਰ ਸਾਰੇ ਤਾਰੇ ਹੈ ਜੀ ਇਤਨਾ ਬਿਊਟੀਫੁਲ ਵੈਦਰ ਹੋ ਗਿਆ ਮਜ਼ਾ ਆ ਗਿਆ ਪੂਰਾ ਇਹ ਦੇਖੀਏ ਇਤਨਾ ਬਿਊਟੀਫੁਲ ਵੈਦਰ